ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਕਾਲੇ ਖੇਤੀ ਕਾਨੂੰਨਾਂ ਖਿਲਾਫ ਜਿੱਥੇ ਕਿਸਾਨਾਂ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਰੇਲਾਂ ਰੋਕ ਕੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ, ਪਰ ਕੇਂਦਰ ਸਰਕਾਰ ਵੱਲੋਂ ਆਗੂਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਇਸ ਦਾ ਕੋਈ ਹੱਲ ਨਾ ਨਿਕਲਦਾ ਦੇਖ ਅੱਜ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਗੁਰੂ ਹਰ ਸਾਹਿਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਲਾਈਟਾਂ ਵਾਲੇ ਚੌਂਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਾ ਗਿਆ। ਇੰਨਾ ਹੀ ਨਹੀਂ, ਇਸ ਦੌਰਾਨ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਜ਼ੋਨ ਪ੍ਰਧਾਨ ਧਰਮ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦਿਆਂ ਕਿਸਾਨਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਮੁਰਦਾਬਾਦ, 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 ਕਿਸਾਨ ਮਜ਼ਦੂਰ ਦੁਕਾਨਦਾਰ ਆੜ੍ਹਤੀ ਏਕਤਾ ਜਿੰਦਾਬਾਦ, 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 ਹਾਏ ਹਾਏ, ਹਾਏ ਹਾਏ, ਮੋਦੀ ਸਰਕਾਰ ਹਾਏ ਹਾਏ, ਹਾਏ ਹਾਏ, ਆੜ੍ਹਤੀ ਏਕਤਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਮੈਂ ਧਰਮ ਸਿੰਘ ਸਿੱਧੂ, ਜ਼ੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ੋਨ ਗੁਰੂ ਹਰ ਸਾਹਿਬ। ਅੱਜ ਅਸੀਂ ਗੁਰੂ ਹਰ ਸਾਹਿਬ ਦੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ, ਕਿਉਂਕਿ ਬੜੇ ਲੰਮੇ ਸਮੇਂ ਤੋਂ ਕਿਸਾਨ ਤਾਂ ਕੀ ਹਿੰਦੁਸਤਾਨ ਦੇ ਤਾਂ ਕੀ ਸਾਰੀ ਦੁਨੀਆ ਦੇ ਲੋਕ ਜਿਹੜੇ ਨੇ ਉਹ ਦਿੱਲੀ ਜਾ ਕੇ ਬੈਠੇ ਹੋਏ ਨੇ। ਇਹਨਾਂ ਨੂੰ ਜਿਹੜੇ ਖੇਤੀ ਦੇ 3 ਕਾਲੇ ਕਾਨੂੰਨ ਅਤੇ 2 ਇੱਕ ਬਿਜਲੀ ਦਾ ਅਤੇ ਇੱਕ ਪਰਾਲੀ ਵਾਲਾ ਕਾਨੂੰਨ ਰੱਦ ਕਰਵਾਉਣ ਲਈ, ਪਰ ਸਰਕਾਰ ਦੇ ਅਜੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਇਸ ਕਰਕੇ ਅਸੀਂ ਪੁਤਲਾ ਫੂਕਿਆ ਕਿ ਸਰਕਾਰ ਨੂੰ ਮੈਸੇਜ ਜਾਵੇ ਕਿ ਜਦ ਤੱਕ ਕਾਨੂੰਨ ਰੱਦ ਨਹੀਂ ਕਰਦੇ, ਵਾਪਸ ਨਹੀਂ ਲੈਂਦੇ, ਤਦ ਤੱਕ ਇਹ ਜਿਹੜਾ ਐਕਸ਼ਨ ਨੇ ਇਸੇ ਤਰ੍ਹਾਂ ਚੱਲਦੇ ਰਹਿਣਗੇ, ਹੋਰ ਤਿੱਖੇ ਹੋ। 100 ਦਿਨ ਬੀਤ ਗਏ ਨੇ, ਸਰਕਾਰ ਵੱਲੋਂ 6 ਮੀਟਿੰਗਾਂ ਕਰ ਚੁੱਕੇ ਕਿਸਾਨਾਂ ਨਾਲ, ਲੇਕਿਨ ਕੋਈ ਹੱਲ ਨਹੀਂ ਨਿਕਲ ਰਿਹਾ। ਤੁਹਾਨੂੰ ਕੀ ਲੱਗਦਾ ਖੇਤੀ ਬਿੱਲ ਰੱਦ ਹੋਣਗੇ? ਬਿਲਕੁਲ ਜੀ, ਬਿਲਕੁਲ, ਅਸੀਂ ਰੱਦ ਕਰਵਾ ਕੇ ਆਵਾਂਗੇ। ਬੇਸ਼ੱਕ ਸਰਕਾਰ ਆਪਦਾ ਮੁੱਛਦਾ ਸਵਾਲ ਸਮਝੀ ਬੈਠੀ ਹੈ ਕਿ ਇਹ ਕਾਨੂੰਨ ਜਿਹੜੇ ਨੇ ਅਸੀਂ ਰੱਦ ਨਹੀਂ ਕਰਾਂਗੇ। ਕਿਸਾਨਾਂ ਨੂੰ ਵੀ, ਕਿਸਾਨ ਆਗੂਆਂ ਨੂੰ ਵੀ ਪਤਾ ਹੈ ਕਿ ਜਿਹੜੀਆਂ ਮੀਟਿੰਗਾਂ ਨੇ ਹਾਲ ਦੀ ਕੜੀ, ਇਹਨਾਂ ਵਿੱਚੋਂ ਕੁਝ ਨਿਕਲਣ ਵਾਲਾ ਨਹੀਂ, ਪਰ ਉਹ ਇਸ ਇਲਜ਼ਾਮ ਤੋਂ ਬਚਣਾ ਚਾਹੁੰਦੀਆਂ ਨੇ ਕਿ ਕਿਸਾਨਾਂ ਨੂੰ ਕੋਈ ਇਹ ਨਾ ਕਵੇ ਕਿ ਤੁਸੀਂ ਮੀਟਿੰਗ ਨਹੀਂ ਕਰਦੇ ਜਾਂ ਤੁਸੀਂ ਸਰਕਾਰ ਨਾਲ ਗੱਲਬਾਤ ਨਹੀਂ ਕਰਦੇ। ਸਾਨੂੰ ਵੀ ਪਤਾ ਹੈ ਜਿਹੜਾ ਅੰਦੋਲਨ ਅਜੇ ਲੰਮਾ ਚੱਲੇਗਾ ਔਰ ਕਿਸਾਨ ਇਸ ਲਈ ਪੂਰੀ ਤਰ੍ਹਾਂ ਤਿਆਰ। ਪਿਛਲੀ ਮੀਟਿੰਗ 'ਚ ਮੰਤਰੀ ਨੇ 2 ਬਿੱਲ ਵਾਪਸ ਕਰਨ ਦਾ ਆਸ਼ਵਾਸਨ ਦਿੱਤਾ, ਕੀ ਉਹ ਵਾਪਸ ਲੈ ਲਏ ਨੇ? ਦੇਖੋ ਜੀ, ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਪ੍ਰਾਇਮਰੀ ਮੰਗ ਜਿਹੜੀ ਹੈ ਉਹ ਹੈਗੇ ਨੇ 3 ਕਾਲੇ ਕਾਨੂੰਨ ਵਾਪਸ ਕਰਨੇ। ਇਹ ਜਿਨ੍ਹਾਂ 'ਤੇ ਉਹਨਾਂ ਨੇ ਕੱਲ੍ਹ ਪਰਸੋਂ ਦੀ ਮੀਟਿੰਗ 'ਚ ਗੱਲ ਕੀਤੀ, ਇਹ ਸੈਕੰਡਰੀ ਉਹਨਾਂ ਦੀਆਂ ਸਾਡੀਆਂ ਮੰਗਾਂ ਨੇ। ਇਹ ਤਾਂ ਉਹਨਾਂ ਨੇ ਇਸ ਕੰਮ ਨੂੰ ਥੋੜ੍ਹਾ ਜਿਹਾ ਉਲਝਾਉਣ ਵਾਸਤੇ ਕਿ ਅਸੀਂ ਲੋਕਾਂ ਦੇ ਕੋਲ ਕਹਿ ਸਕੀਏ ਕਿ ਅਸੀਂ ਉਹਨਾਂ ਦੀਆਂ ਮੰਗਾਂ ਤੋਂ ਮੰਨ ਲਈਆਂ ਨੇ, ਅਸੀਂ 50% ਉਹਨਾਂ ਦਾ ਜਿਹੜਾ ਹੱਲ ਕਰ ਦਿੱਤਾ ਹੈ। ਇਹ ਐਵੇਂ ਗੱਲਾਂ ਨੇ, ਮੇਨ ਜਿਹੜੀ ਮੰਗ ਹੈ ਉਹਦੇ 'ਤੇ ਅਜੇ ਵਿਚਾਰ ਹੀ ਨਹੀਂ ਕੀਤੀ। ਉੱਥੇ ਹੀ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਲੀਡਰ ਅਨਿਲ ਜੋਸ਼ੀ ਦੇ ਤਰਨ ਤਾਰਨ ਸਥਿਤ ਸ਼ਾਪਿੰਗ ਮਾਲ ਦਾ ਘਿਰਾਓ ਕਰਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਅਨਿਲ ਜੋਸ਼ੀ ਦੇ ਸ਼ਾਪਿੰਗ ਮਾਲ ਸਾਹਮਣੇ ਧਰਨਾ ਦਿੰਦੇ ਹੋਏ ਕੇਂਦਰ ਸਰਕਾਰ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹਨਾਂ ਕਾਨੂੰਨਾਂ ਦਾ ਬਾਹਰਲੇ ਦੇਸ਼ਾਂ ਵਿੱਚ ਵੀ ਵਿਰੋਧ ਹੋ ਰਿਹਾ, ਪਰ ਇਸ ਦੇ ਬਾਵਜੂਦ ਸਰਕਾਰ ਕਿਸਾਨਾਂ ਦੇ ਪੱਖ ਵਿੱਚ ਫੈਸਲਾ ਲੈਣ ਲਈ ਤਿਆਰ ਨਹੀਂ। ਕਿਸਾਨ ਮਜ਼ਦੂਰ ਮੁਲਾਜ਼ਮ ਕਿਰਾਏਦਾਰ ਏਕਤਾ ਜਿੰਦਾਬਾਦ। ਇਹ ਸਰਕਾਰ ਕਰਦੀ ਹੈ ਕੀ? ਲੱਗਾ ਵਾ ਇਹ ਧਰਨਾ ਇਸ ਰੂਪ ਦੇ ਵਿੱਚ ਲੱਗਾ ਵੀ ਸੰਕੇਤਕ ਭਾਜਪਾ ਦੇ ਜਿਹੜੇ ਨਾਲ ਸਾਂਝ ਰੱਖਣ ਵਾਲੇ ਆ ਉਹਨਾਂ ਦੇ ਕਾਰੋਬਾਰਾਂ ਦੇ ਗਾੜੀ ਧਰਨੇ ਲਾ ਕੇ ਤੇ ਆਪਣਾ ਰੋਸ ਜਤਾਇਆ ਜਾ ਰਿਹਾ ਵਾ ਵੀ ਇਹ ਜਿਹੜੇ ਭਾਜਪਾ ਦੇ ਅਜੇ ਵੀ ਨਾਲ ਸਾਂਝ ਰੱਖਣ ਵਾਲੇ ਆ, ਚਾਹੇ ਉਹਨਾਂ ਦੇ ਕੋਈ ਲੀਡਰਸ਼ਿਪ ਦੇ ਵਿੱਚ ਸ਼ਾਮਲ ਆ, ਉਹਨਾਂ ਨੂੰ ਦੱਸਣ ਜਾ ਰਹੇ ਆ ਵੀ ਤੁਸੀਂ ਅਜੇ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਨਹੀਂ ਕਰ ਰਹੇ, ਅਜੇ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਰਹੇ ਜਿਸ ਤਰ੍ਹਾਂ ਗਰੇਵਾਲ ਦੇ ਰਿਹਾ ਹੋਰ ਦੇ ਰਹੇ ਆ। ਇਸ ਕਰਕੇ ਅਸੀਂ ਦੱਸਣ ਜਾ ਰਹੇ ਹਾਂ ਵੀ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਜ਼ ਨਾ ਆਏ, ਕਿਸਾਨਾਂ ਦੀ ਦਰਦ ਨੂੰ ਨਾਮ ਸਮਝਿਆ, ਕਿਸਾਨਾਂ ਦੀ ਗੱਲ ਨਾ ਕੀਤੀ, ਕਿਉਂਕਿ ਸਾਰਾ ਕੋਈ ਕਿਸਾਨਾਂ ਨਾਲ ਜੁੜਿਆ ਵਾ, ਜੇ ਕਿਸਾਨ ਦੀ ਫਸਲ ਦੇ ਵਿੱਚ ਫਸਲ ਹੋਊਗੀ ਪੈਲੀ ਦੇ ਵਿੱਚ ਤੇ ਫਿਰ ਇਹਨਾਂ ਦੁਕਾਨਾਂ ਤੇ ਮੁਗਲਾਂ ਤੇ ਆਇਆ ਜਾਣਾ, ਨਹੀਂ ਤੇ ਕੁਛ ਨਹੀਂ ਹੋਣਾ, ਇਹ ਵੀ ਬੰਦ ਹੋ ਜਾਣੇ ਆ। ਇਹ ਸੰਕੇਤਕ ਦੱਸਣ ਆਏ ਹਾਂ ਵੀ ਅਸੀਂ ਆਉਣ ਵਾਲੇ ਦਿਨਾਂ ਜੇ ਤੁਸੀਂ ਇਹਨਾਂ ਸ਼ਬਦਾਵਲੀ ਤੋਂ ਵਾਪਸ ਨਾ ਆਏ ਤਾਂ ਅਸੀਂ ਪੱਕੇ ਵੀ ਬੰਦ ਕਰਾਵਾਂਗੇ। ਵੇਖੋ ਜੀ, ਗੱਲ ਇੱਦਾਂ ਵਾ ਵੀ ਇਹ 37 ਦਿਨ ਅਜੇ ਲੰਮਾ ਚੱਲਣਾ ਹੈ, ਜਿੰਨਾ ਚਿਰ ਸਰਕਾਰ ਵਾਪਸ ਨਹੀਂ ਆਉਂਦੀ, ਜੇ ਸਰਕਾਰ ਨੂੰ ਏਡੀ ਦਰਦ ਆ ਸਾਡੀ ਕਿਸਾਨਾਂ ਦੀ, ਮਜ਼ਦੂਰਾਂ ਦੀ, ਬੱਚਿਆਂ ਦੀ, ਤੇ ਫਿਰ ਜਿਹੜਾ ਵਾ ਉਹ ਕਾਲੇ ਕਾਨੂੰਨ ਵਾਪਸ ਲੈ ਲੈ, ਜਨਤਾ ਉੱਥੇ ਉੱਠ ਕੇ ਆ ਜਾਵੇ ਵਾਪਸ, ਕਿਉਂਕਿ ਜੇ ਅਜੇ ਕਾਲੇ ਕਾਨੂੰਨ ਲੈ ਨਹੀਂ ਰਹੇ, ਅਜੇ ਤਰ੍ਹਾਂ ਤਰ੍ਹਾਂ ਦੇ ਸ਼ਬਦਵਾਲੀ ਵਰਤ ਰਹੇ ਆ, ਨਾਲ ਜਿਹੜਾ ਵਾ ਟਾਲ ਮਟੋਲੇ ਕਰ ਰਹੇ ਨੇ, ਤੇ ਜਿਹੜੇ ਕਿਸਾਨ ਮਜ਼ਦੂਰ ਹਰ ਵਰਗ ਜਿਹੜਾ ਵਾ ਇਹ ਉਸ 10ਵੇਂ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਦੇ ਵਾਰਸ ਆ, ਕਿਉਂਕਿ
ਤਪਦੀਆਂ ਠੰਡਾਂ ਦੇ ਵਿੱਚ ਤਪਦੀਆਂ ਧੁੱਪਾਂ 'ਚ ਅੱਤ ਦੀਆਂ ਠੰਡਾਂ ਦੇ ਵਿੱਚ ਸਾਡੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਰਹੇ, ਚਮਕੌਰ ਦੀ ਕੜੀ ਦੇ ਵਿੱਚ ਰਹੇ, ਕਿਲ੍ਹਾ ਛੱਡਿਆ। ਇਸੇ ਤਰ੍ਹਾਂ ਜਿਹੜਾ ਵਾ ਲਗਾਤਾਰ ਉਹਨਾਂ ਦੇ ਵਾਰਸ ਆ ਅਤੇ ਉਸ ਇਤਿਹਾਸ ਨੂੰ ਦੁਬਾਰੇ ਫਿਰ ਜਿਤਾਇਆ ਜਾ ਰਿਹਾ ਵਾ। ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜੇ ਦਰਦ ਆ ਕਿਸਾਨਾਂ ਦੀ ਅਤੇ ਫਿਰ ਛੇਤੀ ਤੋਂ ਛੇਤੀ ਕਾਲੇ ਕਾਨੂੰਨ ਵਾਪਸ ਲੈ ਕੇ ਅਤੇ ਜਨਤਾ ਨੂੰ ਉੱਥੇ ਜਿਹੜਾ ਆਪਣੇ ਘਰ ਨੂੰ ਭੇਜਿਆ ਜਾਵੇ। ਜੋ ਅੱਜ ਦਾ ਮਸਲਾ ਸਾਡਾ ਇੱਕ ਤਾਂ ਸਾਡਾ ਅੱਜ 100 ਦਿਨ ਜਿਹੜਾ ਅਸੀਂ ਰੇਲਵੇ ਟਰੈਕ 'ਤੇ ਬੈਠੇ ਹਾਂ ਗਹਿਰੀ ਮੰਡੀ ਜੰਡਿਆਲੇ, ਉਹਨੂੰ 100 ਦਿਨ ਹੋ ਗਿਆ ਅੱਜ। ਉਹਨੂੰ ਧਰਾਉਣ ਵਾਸਤੇ ਅਸੀਂ ਨਾ ਕੋ ਦਿੱਲੀ ਦੇ ਵਿੱਚ ਮੋਰਚਾ ਚੱਲ ਰਿਹਾ ਵਾ, ਉੱਥੋਂ ਐਲਾਨ ਹੋਇਆ ਸਾਡਾ ਵੀ BJP ਦੇ ਜਿੰਨੇ ਵੀ ਵਿਧਾਇਕ ਆ ਪੰਜਾਬ ਦੇ ਵਿੱਚ ਜਿੰਨੇ ਵੀ ਇਹਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਘਰ ਆ ਕੇ ਉਹਨਾਂ ਦੇ ਕਾਰੋਬਾਰ ਜਿੱਥੇ ਮਾਹੌਲ ਆ ਉਹਨਾਂ ਦੇ ਜਾਂ ਦੁਕਾਨਾਂ ਵਾ ਉੱਥੇ ਸਾਡਾ ਸੰਕੇਤਕ ਜਿਹੜਾ ਵਾ ਧਰਨਾ ਅਸੀਂ ਦੇ ਰਹੇ ਹਾਂ। ਜੇ ਸਾਨੂੰ ਲੋੜ ਪਈ ਆਉਣ ਵਾਲੇ ਸਮੇਂ ਦੇ ਵਿੱਚ ਪੱਕੇ ਵੀ ਵਾਂਗਾ ਜਿੰਨਾ ਚਿਰ ਆਰਡੀਨੈਂਸ ਦੇ ਜਿਹੜੇ ਸਰਕਾਰ ਰੱਦ ਨਹੀਂ ਕਰਦੀ ਉਹਨਾਂ ਚਿਰ ਤਾਂ ਸਾਡਾ ਜਿਹੜਾ ਵਾ ਸੰਘਰਸ਼ ਜਾਰੀ ਰਹੂਗਾ। ਸਰਕਾਰਾਂ ਦੇ ਸਿਰ 'ਤੇ ਜਿਹੜੇ ਕਿਸਾਨਾਂ ਨੂੰ ਚਾਹੀਦਾ ਆਪਣੇ ਘਰ ਬਹਿ ਕੇ ਬੜਾ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਆਮਦਨ ਚੰਗੀ ਹੁੰਦੀ, ਉਹ ਆਪਣੇ ਘਰ ਬਹਿ ਕੇ ਨਵਾਂ ਸਾਲ ਮਨਾਉਂਦੇ। ਪਰ ਸਰਕਾਰਾਂ ਦੀ ਨਲਾਇਕੀ ਵੇ ਕਰਕੇ ਆਹ ਲੋਕ ਜਿਹੜੇ ਅੱਜ ਸੜਕਾਂ 'ਤੇ ਬੈਠੇ ਆ, 10-20 ਦਿਨ ਦਿੱਲੀ ਲਾ ਕੇ ਆਇਆ ਵਾ, ਜੋ ਵੇਖਣ ਨੂੰ ਮਿਲ ਰਿਹਾ ਵਾ ਉੱਥੇ ਪੂਰੇ ਪੰਜਾਬ ਦੀ ਲੜਾਈ ਨਹੀਂ ਰਹਿ ਗਈ, ਹੁਣ ਪੂਰੇ ਹਿੰਦੁਸਤਾਨ ਦੀ ਲੜਾਈ ਜਿਹੜੀ ਬਣ ਗਈ ਆ। ਚਾਹੇ ਉਹ ਮਹਾਰਾਸ਼ਟਰ ਵਾ, MP ਆ, UP ਆ, ਗੁਜਰਾਤ ਵਾ, ਇੱਥੋਂ ਤੱਕ ਤਾਂ ਉੱਥੇ ਮੋਦੀ ਦੇ ਪਿੰਡ ਦੇ ਬੰਦੇ ਆ ਕੇ ਬੈਠੇ ਹੋਏ ਆ, ਉਹ ਦੱਸ ਰਹੇ ਦੀਆਂ ਕਰਤੂਤਾਂ ਵੀ ਮੋਦੀ ਜਿਹੜਾ ਪਹਿਲੋਂ ਜਦੋਂ ਮੁੱਖ ਮੰਤਰੀ ਉਦੋਂ ਕੀ ਕੀਤਾ ਇਹਨੇ। ਵੇਖੋ ਜੀ, ਇਹ ਕਾਲੇ ਕਾਨੂੰਨ ਵਾ ਜਿਹੜੇ ਇਹ ਬਿਨਾਂ ਕਿਸਾਨਾਂ ਤੋਂ ਪੁੱਛੇ ਬਿਨਾਂ ਸੋਚੇ ਸਮਝੇ ਇਹ ਲਾਗੂ ਕਰ ਦਿੱਤੇ ਆ, ਕਾਨੂੰਨ ਬਣਾਤਾ ਵਾ। ਪਰ ਲੋਕ ਜੀਵਨ ਜਾਗਦੀ ਜ਼ਮੀਰ ਵਾਲੇ ਆ, ਪੰਜਾਬ ਦਾ ਪਹਿਲੋਂ ਇਤਿਹਾਸ ਵਾ, ਇਹ ਕਦੀ ਵੀ ਇਹਨਾਂ ਜ਼ੁਲਮ ਨਾ ਕੀਤਾ ਅਤੇ ਨਾ ਸਹਿਆ ਵਾ। ਇਸ ਕਰਕੇ ਇਹ ਬਹਾਦਰ ਲੋਕ ਵਾ, ਔਰ ਜਦੋਂ ਦਿੱਲੀ ਗਏ ਪੂਰਾ ਹਿੰਦੁਸਤਾਨ ਇਹਨਾਂ ਦੇ ਮਗਰ ਆ ਗਿਆ ਵਾ। ਇਹ ਵੇਲੇ ਉਹ ਕਹਿ ਰਹੇ ਵੀ ਸਾਡਾ ਵੱਡਾ ਭਾਈ ਪੰਜਾਬ ਵਾ, ਜਿਹਨੇ ਅਣਖ ਦੀ ਖਾਤਰ, ਕਿਸਾਨੀ ਦੀ ਖਾਤਰ, ਆਮ ਵਰਗ ਦੀ ਖਾਤਰ ਜਿਹੜੀ ਆਵਾਜ਼ ਚੁੱਕੀ ਆ, ਔਰ ਆਉਣ ਵਾਲਾ ਸਮਾਂ ਜਿਹੜਾ ਮੋਦੀ ਨੂੰ ਵਾਪਸ ਆਉਣਾ ਪਊਗਾ, ਬਿੱਲ ਰੱਦ ਕਰਨੇ ਪੈਣਗੇ। ਚਾਹੇ ਆ ਵੇਖੋ 2 ਕਾਨੂੰਨ ਇਹਨੇ ਮੀਟਿੰਗ ਦੇ ਵਿੱਚ ਰੱਦ ਕੀਤੇ ਆ, ਪਰ ਰੱਦ ਨਹੀਂ ਕੀਤੇ ਜਿਹੜਾ ਪਰਾਲੀ ਵਾਲਾ ਵਾ ਜਾਂ ਦੂਸਰਾ। ਜਦੋਂ 6 ਮਹੀਨੇ ਇੱਕ ਕਾਨੂੰਨ ਬਣੇ ਨੂੰ ਹੋ ਜਾਣ, ਉਹ ਅਗਰ ਨਹੀਂ ਪਾਸ ਹੁੰਦਾ ਤਾਂ ਉਹ ਰੱਦ ਹੀ ਹੁੰਦਾ ਵਾ, ਉਹ ਮੁੜ ਕੇ ਪਾਸ ਵੀ ਨਹੀਂ ਹੋ ਸਕਦਾ। ਇਹ ਮੂਰਖ ਬਣਾ ਰਿਹਾ ਅਜੇ ਤੱਕ, ਕੋਈ ਅਸੀਂ ਕਹੀਏ ਨਾ ਵੀ ਇਹ ਗੱਲ ਜਿਹੜੀ ਸਿਰੇ ਲੱਗ ਰਹੀ ਆ, ਅਜੇ ਸਿਰੇ ਲੱਗਣ ਵਾਲੀ ਕੋਈ ਗੱਲ ਨਹੀਂ ਹੈਗੀ। ਸਾਡੀ ਮੇਨ ਮੰਗ ਵਾ ਵੀ ਜਿਹੜੇ ਕਾਲੇ ਕਾਨੂੰਨ ਵਾ, ਖੇਤੀ ਆਰਡੀਨੈਂਸ 3 ਆ, ਉਹਨਾਂ ਨੂੰ ਬਿਲਕੁਲ ਰੱਦ ਕੀਤਾ ਜਾਵੇ। ਰੱਦ ਕਰਕੇ ਉਹਨਾਂ ਨੂੰ ਰੱਦੀ ਵਾਲੀ ਟੋਕਰੀ ਸੁੱਟਿਆ ਜਾਵੇ। ਉਹਨਾਂ ਚਿਰ ਕਿਸਾਨ ਆ ਜਿਹੜੇ ਘਰਾਂ ਨੂੰ ਨਹੀਂ ਆਉਣ ਵਾਲੇ, ਕਿਉਂਕਿ ਸਾਡੇ ਤੁਸੀਂ ਦੇਖ ਰਹੇ ਉੱਥੇ ਬੱਚੇ, ਬਜ਼ੁਰਗ, ਸਾਡੀਆਂ ਮਾਈਆਂ, ਉਹ ਸਾਡੇ ਨੌਜਵਾਨ ਕਿੱਦਾਂ ਡਟੇ ਹੋਏ ਆ। ਉਹਨਾਂ ਨੂੰ ਕੋਈ ਠੰਡ ਦੀ ਪਰਵਾਹ ਨਹੀਂ, ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਗੀ, ਸਿਰਫ ਉਹਨਾਂ ਦੇ ਮਨ 'ਚ ਇੱਕੋ ਹੀ ਆ, ਇਹ ਜਿਸ ਕੰਮ ਨੂੰ ਆਏ ਆ, ਇਹ ਖੇਤੀਬਾੜੀ ਜਿਹੜੇ ਕਾਨੂੰਨ ਇਹਨੇ ਪਾਸ ਕੀਤੇ ਆ, ਇਹ ਬਿਲਕੁਲ ਸਾਡੇ ਮੌਤ ਦੇ ਫਰੰਟ ਵਾ, ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹਦੇ ਵਾਸਤੇ ਘਾਤਕ ਵਾ। ਇਸ ਕਰਕੇ ਇੱਥੇ ਆ ਜਿਹੜਾ ਅੱਜ ਅਸੀਂ ਘਿਰਾਓ ਕਰਕੇ ਬੈਠੇ ਹਾਂ, ਇਹ ਸਰਕਾਰਾਂ ਦੇ ਹਿੱਸੇਦਾਰ ਵਾ, ਇਹਨਾਂ ਨੂੰ ਅਸੀਂ 2-3 ਵਾਰ ਮੰਤਰੀ ਬਣਾਇਆ, ਇਹਨਾਂ ਲੋਕਾਂ ਨੇ ਬਣਾਇਆ, ਪਰ ਇਹ ਗੂੰਗੇ ਹੋ ਕੇ ਬੈਠੇ ਆ। ਇਹ ਚਾਹੁੰਦੇ ਨਹੀਂ ਕਿ ਇਹ ਬਿੱਲ ਰੱਦ ਹੋ ਜਾਣ, ਇਹਨਾਂ ਨੂੰ ਇਕੱਠੇ ਹੋ ਕੇ ਜਾਂ ਤਾਂ ਤਸੀਬਾ ਦੇ ਦੇਣਾ ਚਾਹੀਦਾ, ਨਹੀਂ ਤਾਂ ਇਹਨਾਂ ਨੂੰ ਕਹਿਣਾ ਚਾਹੀਦਾ ਮੋਦੀ ਨੂੰ ਕਿ ਆਹ ਜਿਹੜੇ ਕਿਸਾਨ ਵਾ ਸਾਡੇ ਬੂਹਿਆਂ ਅੱਗੇ ਬੈਠੇ ਆ, ਸਾਡੇ ਘਰਾਂ ਅੱਗੇ ਬੈਠੇ ਆ, ਇਹਨਾਂ ਨੂੰ ਬਿੱਲਾਂ ਨੂੰ ਰੱਦ ਕਰ ਦੇ, ਅਤੇ ਨਹੀਂ ਤਾਂ ਸਰਕਾਰ ਤੋਂ ਇਹਨਾਂ ਨੂੰ ਬਾਹਰ ਆ ਜਾਣਾ ਚਾਹੀਦਾ। ਸਾਲ ਦਾ ਪਹਿਲਾ ਦਿਨ ਆ ਜਿਹੜਾ ਜੀ, ਅਸੀਂ ਆਪਣੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਸਾਲ ਦਾ ਪਹਿਲਾ ਦਿਨ ਆ, ਮੋਦੀ ਸਰਕਾਰ ਨੇ ਸਾਨੂੰ ਇੰਨੇ ਵੱਡੇ ਇਕੱਠਾਂ ਦੇ ਵਿੱਚ ਮਨਾਉਣ ਦਾ ਜਿਹੜਾ ਵਾ ਮੌਕਾ ਦਿੱਤਾ ਵਾ, ਅਤੇ ਲੋਕ ਜਿਹੜੇ ਆ ਉਹ ਅੱਜ ਨਵਾਂ ਸਾਲ ਜਿਹੜਾ ਘਰਾਂ 'ਚ ਮਨਾਉਂਦੇ ਸੀ, ਲੋਕ ਹੋਟਲਾਂ 'ਚ ਜਾ ਕੇ, ਕਲੱਬਾਂ 'ਚ ਜਾ ਕੇ ਮਨਾਉਂਦੇ ਸੀ, ਇਹ ਕਿਸਾਨਾਂ ਨੇ ਜਿਹੜਾ ਵਾ ਸੜਕ ਦੇ ਉੱਤੇ ਮਨਾਇਆ ਵਾ। ਇਹ ਇੱਕ ਮੋਦੀ ਦੀ ਦੇਣ ਆ ਵੀ ਲੋਕਾਂ ਨੂੰ ਜਿਹੜਾ ਲਾਮਬੰਦ ਕਰ ਦੇਣਾ, ਇਹ ਜਿਹੜੀ ਲਾਮਬੰਦੀ ਆ ਇਹ ਮੋਦੀ ਦੀਆਂ ਜੜ੍ਹਾਂ 'ਚ ਇਹੋ ਜਿਹਾ ਤੇਲ ਪਾਊਗੀ ਕਿ ਜਿਹੜੀਆਂ ਇੱਕ ਵਾਰ ਸੁੱਕੀਆਂ ਪੀੜ੍ਹੀਆਂ ਤੱਕ ਜਿਹੜਾ ਵਾ ਉਹ ਮੁੜ ਕੇ BJP ਹਰਿਆਣੀ ਹੋਊਗੀ। ਅਤੇ ਅਸੀਂ ਦੱਸਣਾ ਚਾਹੁੰਦੇ ਹਾਂ BJP ਦੇ ਜਿਹੜੇ ਪੰਜਾਬ ਦੇ ਵੱਲੋਂ ਬਿਲੋਂਗ ਕਰਦੇ ਆ ਮੰਤਰੀ ਸੰਤਰੀ ਜਾਂ ਜਿੰਨੇ ਵੀ BJP ਦੇ ਆਗੂ ਆ, ਜੇ ਕਿਸਾਨੀ ਹੱਕ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਇਹਨਾਂ ਨੇ ਨਾ ਉਠਾਈ ਤਾਂ
ਆਉਣ ਵਾਲੇ ਸਮੇਂ 'ਚ ਸਾਡੇ ਸੰਘਰਸ਼ ਆ ਜਿਹੜੇ ਉਹ ਹੋਰ ਤਿੱਖੇ ਕਰਕੇ ਇਹਨਾਂ ਨੂੰ ਮਜਬੂਰ ਕਰਾਂਗੇ ਬੀਜੇਪੀ ਨੂੰ ਛੱਡਣ ਦੀ ਕਿ ਜਾਂ ਤਾਂ ਮੋਦੀ 'ਤੇ ਦਬਾਅ ਪਾ ਕੇ ਕਾਨੂੰਨ ਵਾਪਸ ਕਰਾਉਣ ਜਾਂ ਫਿਰ ਬੀਜੇਪੀ ਤੋਂ ਬਾਹਰ ਆਉਣ ਜਿਸ ਤਰ੍ਹਾਂ ਬਾਦਲ ਆਏ ਆ ਅਤੇ ਫਿਰ ਇਹਨਾਂ ਦਾ ਹੱਲ ਆ ਉਹਨਾਂ 'ਚ ਸਾਡੇ ਸੰਘਰਸ਼ ਆ ਜਿਹੜੇ ਉਹ ਹੋਰ ਤਿੱਖੇ ਤੋਂ ਤਿੱਖੇ ਰੂਪ 'ਚ ਵੇਖਣ ਨੂੰ ਮਿਲਣ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।